बिस्मिल्लाह रहमान रहीम अस्सलाम वालेकुम जी नाल मेलो ऐसे जी में दोस्तों आई दी वीडियो दे विच रिव्यू लेके आया जी मेसी फर्गुसन 375 मॉडल 2013 ਅਸੀਂ ਬਾਈ ਛੋਟਾ ਸਾ ਹੀ ਵਾਰ ਟਰੈਕਟਰ ਦੀ ਦੋਸਤੋ ਮੁਕੰਮਲ ਕੰਡੀਸ਼ਨ ਜਿਹੜੀ ਉਹ ਤੁਹਾਨੂੰ ਵੀਡੀਓ ਦੇ ਵਿੱਚ ਕਾਫੀ ਕਰੀਬ ਤੋਂ ਚੈੱਕ ਕਰਾਈ ਜਾਏਗੀ ਔਰ ਟਰੈਕਟਰ ਦੀ ਡਿਮਾਂਡ ਵੀ ਦੱਸੀ ਜਾਏਗੀ ਲੋਕੇਸ਼ਨ ਦੱਸੀ ਜਾਏਗੀ ਟਰੈਕਟਰ ਦੇ ਓਨਰ ਦਾ ਮੋਬਾਈਲ ਨੰਬਰ ਤੁਹਾਨੂੰ ਵੀਡੀਓ ਦੇ ਵਿੱਚ ਦੱਸਿਆ ਜਾਏਗਾ ਵੀਡੀਓ ਨੂੰ ਫੁੱਲ ਵਾਚ ਕਰ ਲੈਣਾ ਜੀ ਮੈਂ ਭੇਜ ਦਿੰਦਾ ਸੀ ਬਾਕੀ ਜਿਹੜੇ ਦੋਸਤ ਭਰਾ ਮੇਰੇ ਚੈਨਲ ਤੇ ਪਹਿਲੀ ਦਫਾ ਤਸ਼ਰੀਫ ਲੈ ਕੇ ਆਏ ਹੋ ਉਹਨਾਂ ਅੱਗੇ ਰਿਕਵੈਸਟ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਦੇ ਨਿਸ਼ਾਨ ਨੂੰ ਆਲ ਨੋਟੀਫਿਕੇਸ਼ਨ ਤੇ ਇੰਟਰ ਕਰੋ ਤਾਂ ਕਿ ਨਵੀਂ ਆਉਣ ਵਾਲੀ ਵੀਡੀਓ ਵੀ ਤੁਹਾਡੇ ਤੱਕ ਬਆਸਾਨੀ ਪਹੁੰਚ ਸਕੇ ਤੇ ਦੋਸਤੋ ਟਰੈਕਟਰ ਚੈੱਕ ਕਰੋ ਜੀ 375 ਹੈ ਜੀ 2013 ਮਾਡਲ ਹੈ ਅੱਗੇ ਵਾਲੇ ਟਾਇਰਾਂ ਦੀ ਕੰਡੀਸ਼ਨ ਵੇਖ ਲਓ ਸ਼ੋ ਚੇਸੀ ਦਾ ਕਲਰ ਵੇਖ ਲਓ ਟਾਇਰ ਦੋਸਤੋ ਟਰੈਕਟਰ ਦੇ ਜਿਹੜੇ ਨੇ ਅੱਗੇ ਪਿੱਛੇ ਵਾਲੇ ਬਿਹਤਰੀਨ ਹਨ ਜ਼ਬਰਦਸਤ ਹਨ ਔਰ ਮਾੜਾ ਚੰਗਾ ਜਿਹੜਾ ਸਮਾਨ ਵੀ ਟਰੈਕਟਰ ਨੂੰ ਲੱਗਾ ਹੈ ਬੰਪਰ ਵੇਖ ਲਓ ਜੀ ਟਰੈਕਟਰ ਨੂੰ ਇਹ ਵੀ ਲੱਗਾ ਹੈ ਅਤੇ ਛੱਤ ਜਿਹੜੀ ਉਹ ਟਰੈਕਟਰ ਨੂੰ ਕਾਫੀ ਮਜ਼ਬੂਤ ਲੱਗੀ ਹੈ ਬੰਪਰ ਵੀ ਟਰੈਕਟਰ ਦਾ ਦੋਸਤੋ ਇਤਨਾ ਜ਼ਿਆਦਾ ਤਾਂ ਬਿਹਤਰੀਨ ਨਹੀਂ ਲੇਕਿਨ ਚੰਗਾ ਭਲਾ ਹੀ ਹੈ ਠੀਕ ਹੈ ਜੀ ਸ਼ੋ ਦੀ ਕੰਡੀਸ਼ਨ ਜਿਹੜੀ ਉਹ ਵੇਖ ਲਓ ਸ਼ੋ ਟਰੈਕਟਰ ਦੀ ਜਿਹੜੀ ਜ਼ਬਰਦਸਤ ਹੈ ਬਿਹਤਰੀਨ ਹੈ ਪੈਦਾਨਾ ਦੇ ਉੱਤੇ ਟਰੈਕਟਰ ਦੇ ਮਾਲਕਾਂ ਫਰਸ਼ੀ ਮੈਟ ਪਾਇਓ ਅਤੇ ਪੈਦਾਨਾ ਦੇ ਤੱਲੂ ਜਿਹੜੀ ਕੰਡੀਸ਼ਨ ਹੈ ਉਹ ਤੁਹਾਨੂੰ ਚੈੱਕ ਕਰਾ ਰਹੇ ਹਾਂ ਇਹ ਦੋਸਤੋ ਟਰੈਕਟਰ ਦਾ ਇੰਜਣ ਵੇਖ ਲਓ ਜੀ ਇੰਜਣ ਦਾ ਗੇਅਰ ਹਿੱਸੇ ਦਾ ਟਰੈਕਟਰ ਜ਼ਬਰਦਸਤ ਅਤੇ ਸਟੈਂਡਰਡ ਅਤੇ ਟਾਇਰਾਂ ਦੀ ਕੰਡੀਸ਼ਨ ਵੇਖ ਲਓ ਜੀ ਟਾਇਰ ਵੀ ਟਰੈਕਟਰ ਦੇ ਜਿਹੜੇ ਨੇ ਬਿਹਤਰੀਨ ਹਨ ਮਾੜੀ ਗਾਰਡ ਵੇਖ ਲਓ ਟਾਇਰ ਦੋਸਤੋ ਟਰੈਕਟਰ ਦੇ ਜਿਹੜੇ ਵੱਡੇ ਪਵੇ ਹੋਣ 18 ਦੇ ਅਤੇ ਕੰਡੀਸ਼ਨ ਟਾਇਰਾਂ ਦੀ ਜਿਹੜੀ ਉਹ ਤੁਹਾਡੇ ਸਾਹਮਣੇ ਤਕਰੀਬਨ 10,000 ਆਨ ਨੇ ਟਰੈਕਟਰ ਦੇ 12 ਆਨ ਨੇ ਕੰਡੀਸ਼ਨ ਨੇ ਟਾਇਰਾਂ ਦੀ ਪਿੱਛੇ ਵਾਲੀ ਸੀਟ ਟਰੈਕਟਰ ਨੂੰ ਲੱਗੀ ਹੈ ਛੱਤ ਲੱਗੀ ਹੈ ਬੰਪਰ ਲੱਗਾ ਹੈ ਪਿੱਛੇ ਵਾਲੀ ਸੀਟ ਲੱਗੀ ਹੈ ਬਾਕੀ ਦੋਸਤੋ ਬੈਕ ਸਾਈਡ ਟਰੈਕਟਰ ਦੀ ਵੇਖ ਲਓ ਟੂਪਾਂ ਦੀ ਕੰਡੀਸ਼ਨ ਵੇਖ ਲਓ ਲਿੰਕਾਂ ਚੈੱਕ ਕਰ ਲਓ ਕਲਰ ਦੋਸਤੋ ਟਰੈਕਟਰ ਦਾ ਜਿਹੜਾ ਹੀ ਹੈ ਟੋਟਲ ਜੈਨੂਇਨ ਹੈ ਅਤੇ ਇੰਜਣ ਟਰੈਕਟਰ ਦਾ ਜਿਹੜਾ ਉਹ ਇੱਕ ਦੋ ਦਫਾ ਹੋ ਚੁੱਕਾ ਹੈ ਇੰਜਣ ਟਰੈਕਟਰ ਦਾ ਜੈਨੂਇਨ ਅਜੇ ਤੱਕ ਨਹੀਂ ਹੈ ਠੀਕ ਹੈ ਜੀ ਦੂਜੀ ਸਾਈਡ ਵਾਲਾ ਰਿਮ ਚੈੱਕ ਕਰ ਲਓ ਦੂਜੀ ਸਾਈਡ ਵਾਲੇ ਟਾਇਰ ਦੀ ਕੰਡੀਸ਼ਨ ਵੇਖ ਲਓ ਰਿਮ ਟਾਇਰ ਜਿਹੜੇ ਟਰੈਕਟਰ ਦੇ ਬਿਹਤਰੀਨ ਹਨ ਅਤੇ ਇੰਜਣ ਦਾ ਗੇਅਰ ਹਿੱਸੇ ਦਾ ਟਰੈਕਟਰ ਜ਼ਬਰਦਸਤ ਅਤੇ ਸਟੈਂਡਰਡ ਅਤੇ ਬਾਕੀ ਦੂਰ ਤੋਂ ਅਗਰ ਟਰੈਕਟਰ ਵੇਖੇ ਵੰਜੇ ਤਾਂ ਕੁਝ ਇਸ ਤਰ੍ਹਾਂ ਨਜ਼ਰ ਆਉਂਦਾ ਹੈ ਜੀ ਲੋਕੇਸ਼ਨ ਦੋਸਤੋ ਟਰੈਕਟਰ ਦੀ ਜਿਹੜੀ ਉਹ ਮੈਂ ਤੁਹਾਨੂੰ ਦੱਸ ਦਿੰਦਾ ਟਰੈਕਟਰ ਦੀ ਲੋਕੇਸ਼ਨ ਹੈ ਜੀ ਚੌਕ ਰੋਡ ਖੁਸ਼ਾਬ ਦੀ ਥਲ ਦਾ ਚੱਲਿਆ ਹੋਇਆ ਜ਼ਿਮੀਦਾਰ ਆ ਬਚੇ ਹੋਇਆ ਟਰੈਕਟਰ ਚੌਕ ਰੋਡ ਖੁਸ਼ਾਬ ਦੀ ਲੋਕੇਸ਼ਨ ਹੈ ਟਰੈਕਟਰ ਦੀ ਅਤੇ ਟਰੈਕਟਰ ਦੇ ਓਨਰ ਦਾ ਮੋਬਾਈਲ ਨੰਬਰ ਜਿਹੜਾ ਉਹ ਤੁਸੀਂ ਨੋਟ ਕਰ ਲਓ 0305-60-63-037 ਇਹ ਭਾਈ ਸਲੀਮ ਜੋਈਏ ਦਾ ਸ਼ੋਰੂਮ ਹੈ ਅਤੇ ਉਸ ਉੱਤੇ ਟਰੈਕਟਰ ਖਲਾ ਹੈ ਜੀ ਮੈਂ ਭੇਜ ਦਿੰਦਾ ਸੀ ਨੰਬਰ ਅਤੇ ਨੰਬਰ ਤੁਹਾਨੂੰ ਟਰੈਕਟਰ ਦੇ ਉੱਧਰ ਦਾ ਦੇ ਦਿੱਤਾ ਇਸ ਨੰਬਰ 'ਤੇ ਤੁਸੀਂ ਰਾਬਤਾ ਕਰ ਸਕਦੇ ਹੋ 2013 ਮਾਡਲ ਹੈ ਅਤੇ ਇੰਜਣ ਦਾ ਪੰਪ ਦਾ ਗੇਅਰ ਹਿੱਸੇ ਦਾ ਟਰੈਕਟਰ ਸਟੈਂਡਰਡ 'ਤੇ ਖੁਸ਼ਾਬ ਏਰੀਏ ਦੀ ਟਰੈਕਟਰ ਦੀ ਲੋਕੇਸ਼ਨ ਹੈ ਥਲ ਤਾਂ ਚੱਲੇ ਹੋਇਆ ਜ਼ਿਮੀਦਾਰ ਆ ਇਸਤੇਮਾਲ ਹੋਇਆ ਅਤੇ ਬਚੇ ਹੋਇਆ ਟਰੈਕਟਰ ਹੈ
ਅਤੇ ਡਿਮਾਂਡ ਜਿਹੜੀ ਦੋਸਤੋ ਟਰੈਕਟਰ ਦੀ ਇਤਨੀ ਜ਼ਿਆਦਾ ਡਿਮਾਂਡ ਵੀ ਨਹੀਂ ਹੈ, ਡਿਮਾਂਡ ਵੀ ਟਰੈਕਟਰ ਦੀ ਜਿਹੜੀ ਬਿਲਕੁਲ ਮੁਨਾਸਿਬ ਹੈ। ਡਿਮਾਂਡ ਤੁਹਾਨੂੰ ਦੱਸ ਦੇਣਾ ਜੀ, ਟਰੈਕਟਰ ਦੀ ਮਾਲਕ ਡਿਮਾਂਡ ਕਰ ਰਿਹਾ ਹੈ ਜੀ 21 ਲੱਖ ਰੁਪਏ। ਠੀਕ ਹੈ ਜੀ, 21 ਲੱਖ ਰੁਪਏ ਟਰੈਕਟਰ ਦੀ ਡਿਮਾਂਡ ਹੈ, ਜਿਹਦੇ ਵਿੱਚ ਸਮਾਨ ਵੀ ਟਰੈਕਟਰ ਨੂੰ ਲੱਗਾ ਹੈ, ਛੱਤ ਲੱਗੀ ਹੈ, ਬੰਪਰ ਲੱਗਾ ਹੈ, ਪਿੱਛੇ ਵਾਲੀ ਸੀਟ ਲੱਗੀ ਹੈ, ਅਤੇ ਟਾਇਰ ਵੀ ਟਰੈਕਟਰ ਦੇ ਜਿਹੜੇ ਨੇ ਅੱਗੇ ਪਿੱਛੇ ਵਾਲੇ ਬਿਹਤਰੀਨ ਹਨ। ਕੋਈ 11-12 ਦੇ ਟਰੈਕਟਰ ਦੇ ਅੱਗੇ ਪਿੱਛੇ ਵਾਲੇ ਟਾਇਰਾਂ ਦੀ ਕੰਡੀਸ਼ਨ ਹੈ, ਅਤੇ ਮਕੈਨੀਕਲ ਟਰੈਕਟਰ ਜਿਹੜਾ ਬਿਲਕੁਲ ਫਿੱਟ ਹੈ ਜੀ, ਸਲਫ ਸਟਾਰਟ ਇੰਜਣ ਦਾ, ਗੇਅਰ ਹਿੱਸੇ ਦਾ, ਪੰਪ ਦਾ ਟਰੈਕਟਰ ਜਿਹੜਾ ਬਿਲਕੁਲ ਸਟੈਂਡਰਡ 'ਤੇ, ਕੋਈ ਵੀ ਯਾਨੀ ਕਿ 1 ਰੁਪਏ ਦਾ ਜਿਹੜਾ ਕੰਮ ਹੈ ਟਰੈਕਟਰ ਦਾ ਉਹ ਹੋਣ ਵਾਲਾ ਨਹੀਂ ਹੈ। ਠੀਕ ਹੈ ਜੀ, 21.5 ਲੱਖ ਰੁਪਏ ਟਰੈਕਟਰ ਦੇ ਮਾਲਕ ਦੀ ਡਿਮਾਂਡ ਹੈ। ਮੌਕੇ 'ਤੇ ਪਿਆਰ ਮੁਹੱਬਤ ਕਮੀ ਪੇਸ਼ੀ ਵੀ ਜਿਹੜੀ ਉਹ ਵੀ ਤੁਹਾਡੇ ਨਾਲ ਇਨਸ਼ਾਅੱਲਾ ਜ਼ਰੂਰ ਕੀਤੀ ਹੋਈ ਸੀ। ਅਤੇ ਕੰਡੀਸ਼ਨ ਟਰੈਕਟਰ ਦੀ ਜਿਹੜੀ ਉਹ ਤੁਹਾਨੂੰ ਮੁਕੰਮਲ ਜਿਹੜੀ ਕਾਫੀ ਕਰੀਬ ਤੋਂ ਮੈਂ ਚੈੱਕ ਕਰਾ ਦਿੱਤੀ। ਕਲਰ ਟਰੈਕਟਰ ਦਾ ਜੈਨੂਇਨ ਹੈ, ਇੰਜਣ ਦਾ ਕੰਮ ਜਿਹੜਾ ਉਹ ਮਾਲਕ ਹੁਣ ਹੁਣ ਕਰਵਾਇਆ ਹੈ। ਬਾਕੀ ਦੋਸਤੋ ਉਮੀਦ ਕਰਦਾ ਜੀ ਅੱਜ ਦੀ ਵੀਡੀਓ ਜਿਹੜੀ ਉਹ ਤੁਹਾਨੂੰ ਜ਼ਰੂਰ ਅੱਛੀ ਲੱਗੀ ਹੋ ਸੀ, ਜ਼ਰੂਰ ਪਸੰਦ ਆਈ ਹੋ ਸੀ। ਅਗਰ ਵੀਡੀਓ ਅੱਛੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰੇ। ਸੋ ਜਿਹੜੇ ਦੋਸਤ ਭਰਾ ਚੈਨਲ 'ਤੇ ਪਹਿਲੀ ਦਫਾ ਆਇਓ, ਉਹਨਾਂ ਦੀ ਰਿਕੁਐਸਟ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਦੇ ਨਿਸ਼ਾਨ ਨੂੰ ਆਲ ਨੋਟੀਫਿਕੇਸ਼ਨ 'ਤੇ ਇੰਟਰ ਕਰ ਦਿਓ, ਤਾਂ ਕਿ ਨਵੀਂ ਆਉਣ ਵਾਲੀ ਵੀਡੀਓ ਵੀ ਤੁਹਾਡੇ ਤੱਕ ਬਆਸਾਨੀ ਪਹੁੰਚ ਸਕੇ। ਬਾਕੀ ਥੈਂਕਸ ਫਾਰ ਵਾਚਿੰਗ ਪੀਕੇ ਟਰੈਕਟਰ ਸਟੰਟਸ।